गोविंद सिंह साहिब जी सब थाई होए सहाए। दसा पातशाहियां दी जोत तीदार दा ध्यान धरके बोलो जी। ਬੰਸ ਸਿੰਘ ਭਾਈ ਕੇਰ ਸਿੰਘ ਅਤੇ ਭਾਈ ਬੇਅੰਤ ਸਿੰਘ ਦੀ ਸਾਲਾਨਾ ਜਿਹੜੀ ਬਰਸੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਜਥੇਬੰਦੀਆਂ ਉਹਨਾਂ ਦੇ ਸਹਿਯੋਗ ਨਾਲ ਝੰਡਾ ਬੁੰਗਾ ਸਾਹਿਬ ਵਿਖੇ ਮਨਾਈ ਗਈ ਹੈ। ਔਰ ਮੈਂ ਸਮਝਦਾ ਹਾਂ ਕਿ ਜਿੱਡੀ ਵੱਡੀ ਕੁਰਬਾਨੀ ਉਹਨਾਂ ਨੇ ਕੀਤੀ ਹੈ ਉਹਨਾਂ ਨੂੰ ਸ਼ਾਇਦ ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹੋਏ ਹਮਲੇ ਦਾ ਬਦਲਾ ਲੈ ਕੇ ਔਰ ਪਾਪੀ ਇੰਦਰਾ ਗਾਂਧੀ ਨੂੰ ਸੋਧਾ ਲਾ ਕੇ ਅਤੇ ਉਹਨਾਂ ਨੇ ਪੰਥਕ ਰਵਾਇਤਾਂ ਜਿਹੜੀਆਂ ਸੀ ਉਹਨਾਂ ਨੂੰ ਕਾਇਮ ਰੱਖਿਆ। ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਹੈ ਉਹ ਬੜੇ ਸਤਿਕਾਰ ਪਿਆਰ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਜਥੇਬੰਦੀਆਂ ਨਾਲ ਮਨਾਇਆ ਜਾ ਰਿਹਾ ਹੈ। ਔਰ ਮੈਂ ਸਮਝਦਾ ਹਾਂ ਕਿ ਜਦੋਂ ਵੀ ਕਿਸੇ ਨੇ ਅਕਾਲ ਤਖਤ ਸਾਹਿਬ ਵੱਲੇ ਮੈਲੀ ਅੱਖ ਨਾਲ ਵੇਖਿਆ ਹੈ, ਚਾਹੇ ਉਹ ਮੱਸਾ ਰੰਗੜ ਸੀ, ਚਾਹੇ ਇਸ ਤੋਂ ਪਹਿਲਾਂ ਮੁਗਲ ਸੀ, ਚਾਹੇ ਇਹ ਇੰਦਰਾ ਗਾਂਧੀ ਸੀ, ਤਾਂ ਉਸ ਟਾਈਮ 'ਤੇ ਸਮੇਂ ਸਮੇਂ 'ਤੇ ਸਿੱਖਾਂ ਨੇ ਵੱਡੀਆਂ ਕੁਰਬਾਨੀਆਂ ਕਰਕੇ ਸ਼ਹੀਦੀਆਂ ਦੇ ਕੇ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਮੈਂ ਉਹਨਾਂ ਸਾਰੇ ਮਹਾਨ ਸ਼ਹੀਦਾਂ ਨੂੰ ਸਲਾਮ ਕਰਦਾ ਔਰ ਉਹਨਾਂ ਪਰਿਵਾਰਾਂ ਦਾ ਵੀ ਸਾਨੂੰ ਬਹੁਤ ਵੱਡਾ ਸਤਿਕਾਰ ਅਤੇ ਮਾਣ ਕਰਨਾ ਚਾਹੀਦਾ ਜਿਨ੍ਹਾਂ ਨੇ ਸਿੱਖ ਕੌਮ ਵਾਸਤੇ ਸਿੱਖ ਕੌਮ ਦੀ ਪੱਗ ਜਿਹੜੀ ਸੀ ਉਹਨੂੰ ਸਿਰ 'ਤੇ ਰੱਖਿਆ ਔਰ ਉਹਨਾਂ ਨੇ ਚੜ੍ਹਦੀ ਕਲਾ ਦੇ ਨਾਲ ਕੁਰਬਾਨੀਆਂ ਔਰ ਸ਼ਹੀਦੀਆਂ ਦਿੱਤੀਆਂ। ਅੱਜ ਉਹਨਾਂ ਦਾ ਸ਼ਹੀਦੀ ਦਿਨ ਮਨਾਇਆ ਜਾ ਰਿਹਾ ਹੈ। ਮੈਂ ਸਾਰੇ ਸਿੱਖਾਂ ਨੂੰ ਵਿਸ਼ੇਸ਼ ਤੌਰ 'ਤੇ ਦੇਸਾਂ ਵਿਦੇਸ਼ਾਂ ਜਿਹੜੇ ਸਿੰਘ ਵੱਸਦੇ ਆ ਮੈਂ ਉਹਨਾਂ ਨੂੰ ਵੀ ਕਹੂੰਗਾ ਕਿ ਉਹਨਾਂ ਦਾ ਸ਼ਹੀਦੀ ਦਿਨ ਜਿਹੜਾ ਹੈ ਔਰ ਉਹਨਾਂ ਦੀ ਕੁਰਬਾਨੀ ਦਾ ਜਿਹੜਾ ਇਤਿਹਾਰ ਹੈ ਇਹ ਸਾਨੂੰ ਸੰਸਾਰ ਪੱਧਰ 'ਤੇ ਮਨਾਉਣਾ ਚਾਹੀਦਾ ਤਾਂ ਕਿ ਸਾਡੀ ਸਿੱਖ ਕੌਮ ਵਿੱਚ ਜਾਗਰਤੀ ਆਵੇ ਅਤੇ ਨੌਜਵਾਨ ਤਬਕਾ ਜਿਹੜਾ ਹੈ ਉਹ ਸਿੱਖੀ ਤੋਂ ਪ੍ਰੇਰਿਤ ਹੋ ਕੇ ਦਾੜੀ 'ਤੇ ਕੇਸ ਰੱਖ ਕੇ ਗੁਰੂ ਵਾਲਾ ਬਣੇ ਅਤੇ ਬਾਣੀ ਬਾੜੇ ਨਾਲ ਜੁੜੇ। ਵਾਹਿਗੁਰੂ ਜੀ ਕਾ ਖਾਲਸਾ ਅਤੇ ਸਾਡੇ ਕੌਮ ਦੇ ਹੀਰੇ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਅਤੇ ਭਾਈ ਬੇਅੰਤ ਸਿੰਘ ਜਿਨ੍ਹਾਂ ਨੇ ਢੱਠੇ ਹੋਏ ਅਕਾਲ ਤਖਤ ਸਾਹਿਬ ਦਾ ਬਦਲਾ ਲਿਆ, ਇੰਦਰਾ ਗਾਂਧੀ ਪਾਪਣ ਨੂੰ ਮੌਤ ਦੇ ਘਾਟ ਉਤਾਰਿਆ, ਸਾਡਾ ਇਤਿਹਾਸ ਦਰਹਾਇਆ ਕਿ ਜਿਸ ਨੇ ਵੀ ਸਾਡੇ ਹਰਿਮੰਦਰ ਸਾਹਿਬ ਵੱਲੇ ਚਾਹੇ ਅਕਾਲ ਤਖਤ ਸਾਹਿਬ ਵੱਲੇ ਸਾਡੇ ਕੌਮ ਵੱਲ ਕਿਸੇ ਨੇ ਭੈੜੀ ਨਿਗਾਹ ਦੇ ਨਾਲ ਵੇਖਿਆ ਉਸ ਨੂੰ ਅਸੀਂ ਕਦੀ ਵੀ ਜਿੰਦਾ ਨਹੀਂ ਛੱਡਿਆ। ਭਾਈ ਸੁੱਖਾ ਸਿੰਘ ਅਤੇ ਮਹਤਾਬ ਸਿੰਘ ਸੂਰਮੇ, ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁੱਖਾ ਨੇ ਜੋ ਬਦਲਾ ਲਿਆ, ਅਸੀਂ ਕਦੀ ਵੀ ਆਪਣਾ ਆਧਾਰ ਨਹੀਂ ਕਿਸੇ ਦੇ ਉੱਤੇ ਰਹਿਣ ਦਿੱਤਾ। ਅਸੀਂ ਕੌਮ ਦੀ ਅਸੀਂ ਗੁਰੂ ਗੋਬਿੰਦ ਸਿੰਘ ਕੌਮ ਦੇ ਰਖਵਾਲੇ ਹਨ, ਉਹਨਾਂ ਦੇ ਅਸੀਂ ਵਾਰਸ ਹਾਂ। ਅਸੀਂ ਹਮੇਸ਼ਾ ਹੀ ਇਸ ਕੌਮ ਦੀ ਰੱਖਿਆ ਕਰਨ ਵਾਸਤੇ ਆਪਣੇ ਗੁਰੂ ਦਾ ਓਟ ਆਸਰਾ ਲੈ ਕੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਕੇ ਆਪਣੀ ਰੱਖਿਆ ਕਰਦੇ ਰਹਿਣਾ ਸਾਡਾ ਫਰਜ਼ ਹੈ। ਅਸੀਂ ਉਹਨਾਂ ਮਹਾਨ ਸ਼ਹੀਦਾਂ ਨੂੰ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਅਤੇ ਭਾਈ ਬੇਅੰਤ ਸਿੰਘ ਜੋ ਕਿ ਇੱਕ ਕੌਮ ਦੇ ਹੀਰੇ ਹਨ, ਅਸੀਂ ਉਹਨਾਂ ਨੂੰ ਸਲੂਟ ਕਰਦੇ ਹਾਂ ਕਿ ਉਹਨਾਂ ਨੇ ਸਾਡੀ ਆਣ ਅਤੇ ਸ਼ਾਨ ਅਤੇ ਜਿਹੜੀ ਸਾਡੀ ਡਿੱਗੀ ਹੋਈ ਪੱਗ ਸੀ ਉਸ ਨੂੰ ਸਾਡੇ ਸੀਸ 'ਤੇ ਰੱਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾ ਦਿਨ ਬਹੁਤ ਮਹੱਤਵਪੂਰਨ ਦਿਨ ਹੈ। ਅੱਜ ਦੇ ਦਿਨ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਜੀ ਨੂੰ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਹਰਿਮੰਦਰ ਸਾਹਿਬ ਅਤੇ ਪਾਪਣ ਇੰਦਰਾ ਨੇ ਅਕਾਲ ਤਖਤ ਸਾਹਿਬ ਨੂੰ ਢਹਿਟੇਰੀ ਕੀਤਾ, ਉਹਦੀ ਕੀਤੀ ਹੋਈ ਦਾ ਬਦਲਾ ਦਿੱਤਾ। ਇੱਕ ਸਿੱਖ ਇਤਿਹਾਸ ਗਵਾਹ ਹੈ, ਜਿੰਨੇ ਵੀ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ, ਚਾਹੇ ਅਬਦਾਲੀ ਹੈ ਜਾਂ ਮੱਸਾ ਰੰਗੜ ਹੈ ਜਾਂ ਇੰਦਰਾ ਗਾਂਧੀ ਹੈ ਜਾਂ ਜਨਰਲ ਵੈਦਿਆ ਹੈ, ਉਹਨਾਂ ਨੂੰ 153 ਦਿਨ ਤੋਂ ਵੱਧ ਜੀਣ ਦਾ ਮੌਕਾ ਨਹੀਂ ਮਿਲਿਆ।
ते ना ही गाह मिलेगा। वाहेगुरु जी का खालसा।